ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਪ੍ਰੈਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਨ ਤਨ ਵਿਖੇ ਪੱਤਰਕਾਰਤਾ ਨੂੰ ਦਰਸਾਉਂਦਾ ਪੱਤਰਕਾਰ ਸੰਮੇਲਨ ਕਰਵਾਇਆ ਗਿਆ ਜੋ ਅਮਿੱਟ ਛਾਪਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਇਸ ਸੰਮੇਲਨ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਹਾਜ਼ਰੀ ਭਰੀ। ਸ਼ੁਰੂਆਤ ਵਿੱਚ ਸਮੂਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਮਿਸਾਲ ਜਗਾਈ ਗਈ ਅਤੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਪੱਤਰਕਾਰਤਾ ਦੇ ਬਾਬਾ ਬੋਰਡ ਜਤਿੰਦਰ ਸਿੰਘ ਪੰਨੂ, ਦੈਨਿਕ ਸਵੇਰਾ ਟੀਵੀ ਦੇ ਇੰਚਾਰਜ ਮਨਦੀਪ ਸਿੰਘ ਜੀ ਦਾ ਹਾਰਦਿਕ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵਿਧਾਇਕ ਡਾਕਟਰ ਧਰਮਵੀਰ ਅਗਨੀਹੋਤਰੀ, ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਮਾਝੇ ਦੀਆਂ ਮਹਾਨ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪੱਤਰਕਾਰ ਸੰਮੇਲਨ ਦੀ ਅਗਵਾਈ ਐਸੋਸੀਏਸ਼ਨ ਦੀ ਸੂਬਾ ਬਾਡੀ ਵੱਲੋਂ ਕੀਤੀ ਗਈ। ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਪੱਤਰਕਾਰਤਾ ਤੇ ਆਪਣਾ ਨਜ਼ਰੀਆ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੈਸ ਸਦਕਾ ਹੀ ਹਰ ਦੇਸ਼ ਵਿੱਚ ਲਾਅ ਐਂਡ ਆਰਡਰ ਸਥਿਰ ਹੈ ਅਤੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਅਤੇ ਹੱਕ ਲੈਣ ਦਾ ਮੌਕਾ ਮਿਲਦਾ ਹੈ। ਮਹਾਨ ਸ਼ਖਸੀਅਤ ਜਤਿੰਦਰ ਸਿੰਘ ਪੰਨੂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨੂੰ ਹਮੇਸ਼ਾ ਚੰਗੇ ਕਦਮ ਕਰਨ ਅਤੇ ਸਮਾਜ ਵਿੱਚ ਆਪਣਾ ਰੋਲ ਨਿਰਪੱਖ ਅਦਾ ਕਰਨ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਉਹ ਪਿੰਡ ਸਕੀਰਾ ਤਰਨ ਤਾਰਨ ਦੇ ਜੰਮਪਲ ਹਨ ਅਤੇ ਤਰਨ ਤਾਰਨ ਨਾਲ ਉਹਨਾਂ ਦਾ ਬਹੁਤ ਹੀ ਗੂੜਾ ਸੰਬੰਧ ਹੈ। ਇੱਥੋਂ ਹੀ ਉਹ ਪੱਤਰਕਾਰੀ ਦੇ ਖੇਤਰ ਵਿੱਚ ਆਏ ਸਨ। ਉਹਨਾਂ ਆਪਣੀ ਜ਼ਿੰਦਗੀ ਵਿੱਚ ਪੱਤਰਕਾਰਤਾ ਨੂੰ ਲੈ ਕੇ ਕੀਤੀਆਂ ਪ੍ਰਾਪਤੀਆਂ, ਸਿੱਖਿਆਵਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਅਤੇ ਸੰਮੇਲਨ ਦੀ ਖਿੱਚ ਦਾ ਕੇਂਦਰ ਵੀ ਰਹੇ, ਜਿਨ੍ਹਾਂ ਦਾ ਸਮੂਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਾੜੀਆਂ ਦੀ ਗੂੰਜ ਵਿੱਚ ਸਨਮਾਨ ਚਿੰਨ੍ਹ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। 5 ਸਾਲ ਦੇ ਵਿੱਚ 16 ਪੱਤਰਕਾਰਾਂ ਦੀਆਂ ਜਰਨਲਿਸਟਾਂ ਨੂੰ ਮੌਤ ਦੇ ਘਾਟ ਪਾ ਦਿੱਤਾ ਗਿਆ ਕਿ ਸਾਡੇ ਹਿੰਦੁਸਤਾਨ ਦਾ ਨਿਜ਼ਾਮ ਬਣ ਗਿਆ। ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਮੈਂ ਪਾਰਲੀਮੈਂਟ ਸੈਂਟਰ ਹਾਲ ਤੇ ਬੈਠਾ ਸੀ 5 ਜਨਵਰੀ ਨੂੰ, ਬੰਬੇ ਦੇ ਇੱਕ ਮੈਂਬਰ ਪਾਰਲੀਮੈਂਟ ਸਾਹਿਬ 2-3-4 ਉੱਥੇ ਇਕੱਠੇ ਹੁੰਦੇ ਹਾਂ ਅਸੀਂ ਸਾਰੇ, ਕੋਈ ਪਾਰਟੀਬਾਜ਼ੀ ਇੰਨੀ ਕੇਸਲੇ ਪੱਧਰ ਦੀ ਨਹੀਂ ਹੁੰਦੀ ਉੱਥੇ ਸਾਰੇ ਇਕੱਠੇ ਬਹਿ ਕੇ ਵਿਚਾਰ ਸਾਂਝਾ ਕਰ। ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਇੱਕ ਦਹਾਕੇ ਤੋਂ ਬਾਅਦ ਅਜਿਹਾ ਪੱਤਰਕਾਰ ਸੰਮੇਲਨ ਹੋਇਆ ਜਿਸਦਾ ਵਿਸ਼ਾ ਪੱਤਰਕਾਰਤਾ ਸੀ। ਪੱਤਰਕਾਰਤਾ ਦੇ ਵਿਸ਼ੇ 'ਤੇ ਰੱਖੇ ਇਸ ਸੰਮੇਲਨ ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਬਾਹਰੀ ਜ਼ਿਲ੍ਹਿਆਂ ਤੋਂ ਭਾਰੀ ਗਿਣਤੀ ਦੇ ਵਿੱਚ ਪੱਤਰਕਾਰ ਹਾਜ਼ਰ ਸਨ। ਇੱਥੇ ਜਤਿੰਦਰ ਸਿੰਘ ਜੀ ਪੰਨੂ ਜੋ ਆਪਣੇ ਉਹਨਾਂ ਨੇ ਕੀਮਤੀ ਸਮਾਂ ਦੇ ਕੇ ਜਿਹੜਾ ਸਮਾਂ ਸਾਨੂੰ ਕੱਢਿਆ, ਸਾਨੂੰ ਜਰਨਲਿਜ਼ਮ ਦੀਆਂ ਪੱਤਰਕਾਰਤਾ ਦੀਆਂ ਅਨੇਕਾਂ ਹੀ ਡੂੰਘਾਈਆਂ ਬਾਰੇ ਜਾਣਕਾਰੀ ਦਿੱਤੀ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਹਮੇਸ਼ਾ ਇਕਜੁੱਟ ਹੋ ਕੇ ਅਜਿਹੇ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜਾ ਲੋਕਤੰਤਰ ਦਾ ਚੌਥਾ ਸਤੰਭ ਹੈ ਮੀਡੀਆ, ਇਹਦੇ ਨੂੰ ਜੋ ਸਮਾਜ ਦੇ ਵਿੱਚ ਬਣਦਾ ਮਾਣ ਸਰਕਾਰ ਜਿਹੜਾ ਦਾ ਕਾਇਮ ਕਰ। ਦੇਖੋ ਜੀ, ਇਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਜਿਹੜਾ ਇਹ ਪਹਿਲਾ ਪਲੇਠੀ ਦਾ ਪ੍ਰੋਗਰਾਮ ਕਰਵਾਇਆ ਗਿਆ ਵਾ ਅਤੇ ਜਿਹਨੂੰ ਬਹੁਤ ਹੀ ਭਾਰੀ ਸਫਲਤਾ ਮਿਲੀ ਆ। ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਹੀ ਪਰਮਾਤਮਾ ਸਾਨੂੰ ਸਮਰੱਥ ਬਖਸ਼ੇ, ਅਸੀਂ ਹੋਰ ਮਿਹਨਤ ਕਰੀਏ ਅਤੇ ਇਸ ਤੋਂ ਵੱਡੇ ਹੋਰ ਪ੍ਰੋਗਰਾਮ ਕਰਨ ਦਾ ਅਸੀਂ ਰੂਪੇਖਾ ਭਵਿੱਖ ਵਿੱਚ ਉਲੀਕਾਂਗੇ। ਮੁੱਖ ਮੰਗਾਂ ਕੀ ਰੱਖੀਆਂ ਗਈਆਂ ਅੱਜ? ਸਾਡੀਆਂ ਮੁੱਖ ਮੰਗਾਂ ਅਤੇ ਜਿਹਨੂੰ ਜੋ ਵੀ ਹੈਗਾ ਸਰਕਾਰ ਨੂੰ ਵੀ ਪਤਾ ਸੀ, ਸਾਡੇ ਕੋਲ ਵਿਧਾਨ ਸਭਾ ਦੇ ਮੈਂਬਰ MLA ਸਾਹਿਬ ਆਏ ਸੀ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ, ਲੇਕਿਨ ਇਹ ਵਿਸ਼ਵਾਸ ਜਿਹੜੇ ਹਰ ਵਾਰੀ ਇਹ ਦਵਾਏ ਜਾਂਦੇ ਰਹੇ ਆ, ਪਰ
ਜਿਹੜਾ ਐਮ ਪੀ ਔਜਲਾ ਔਰ ਵਿਧਾਇਕ ਹਰਮਿੰਦਰ ਗਿੱਲ ਵੱਲੋਂ ਕੈਪਟਨ ਸਾਹਿਬ ਨਾਲ ਗੱਲ ਕਰਨ ਦੀ ਜਾਂ ਵਿਧਾਨ ਸਭਾ ਵਿੱਚ ਗੱਲ ਕਰਨ ਦੀ ਉਹਨਾਂ ਨੇ ਇੱਥੇ ਸਾਨੂੰ ਵਿਸ਼ਵਾਸ ਦਵਾਇਆ ਵਾ। ਮੈਂ ਆਸ ਕਰਦਾ ਹਾਂ ਕਿ ਇਹ ਅਸੀਂ ਜਿਹੜੀਆਂ ਇਹਨਾਂ ਨੂੰ ਮੰਗਾਂ ਇੱਥੇ ਸਮਾਗਮ ਦੇ ਵਿੱਚ ਦੱਸੀਆਂ ਵਾ ਉਹ ਸਾਡੀਆਂ ਵਿਧਾਨ ਸਭਾ ਵਿੱਚ ਪਾਸ ਕਰਵਾਉਣਗੇ। ਅਗਰ ਜੇਕਰ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਜਾਂ ਤਰੁੱਟੀ ਰਹਿ ਜਾਂਦੀ ਆ ਤਾਂ ਅਸੀਂ ਕੈਪਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਕੋਲ ਅਸੀਂ ਜਾ ਕੇ ਆਪਣਾ ਜਿਹੜਾ ਵਾ ਮਤਾ ਜਿਹੜਾ ਪੇਸ਼ ਕਰਾਂਗੇ। ਸਾਗਰਦੀਪ ਅਰੋੜਾ, ਦਿਵਿਆ ਪੰਜਾਬ ਟੀਵੀ, ਤਰਨ ਤਾਰਨ।